ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਪੁਲਿਸ ਦੇ ਵੱਲੋਂ ਦੋ ਦੋਸ਼ੀਆਂ ਨੂੰ ਲੁੱਟ ਖੋਹ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਆਪਣੇ ਦੋਸਤਾਂ ਦੇ ਨਾਲ ਗੋਲਡਨ ਗੇਟ ਤੋਂ ਹੁੰਦਿਆਂ ਹੋਇਆਂ ਵੇਰਕਾ ਡੇਰੀ ਪੁਲ ਦੇ ਹੇਠੋਂ ਮਜੀਠਾ ਰੋਡ ਦੇ ਰਾਹੀਂ ਆਪਣੇ ਵਹੀਕਲਾਂ ਤੇ ਮਜੀਠਾ ਰੋਡ ਨੂੰ ਜਾ ਰਹੇ ਸੀ ਤਾਂ ਬੁਲਟ ਮੋਟਰ ਅਤੇ ਐਕਟਿਵਾ ਸਕੂਟੀ ਤੇ ਸਵਾਰ ਸਨ ਪੰਜ ਨੌਜਵਾਨ ਅਤੇ ਜਿਨ੍ਹਾਂ ਨੂੰ ਘੇਰ ਕੇ ਧਮਕੀਆਂ ਦੇਣ ਲੱਗੇ ਅਤੇ ਜੋ ਵੀ ਕੁਛ ਹੈਗਾ ਸਾਨੂੰ ਦਿਓ ਅਤੇ ਇਸੇ ਦੌਰਾਨ ਧਮਕੀ ਦਿੱਤੀ ਹੈ ਕਿ ਤੁਹਾਨੂੰ ਮਾਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਨੌਜਵਾਨਾਂ ਦਾ ਮੋਬਾਈਲ ਫੋਨ ਖੋਹ ਲਿਆ ਜਾਂਦਾ ਹੈ ਅਤੇ ਇਸੇ ਦੌਰਾਨ ਮੁਕੱਦਮਾ ਦਰਜ ਕੀਤਾ ਗਿਆ ਅਤੇ ਕਾਰਵਾਈ ਵੀ ਜਿਹੜੀ ਹੈ ਕੀਤੀ ਗਈ ਹੈ ਪੁਲਿਸ ਦੇ ਵੱਲੋਂ, ਜਿੱਥੇ ਕਿ ਇਹਨਾਂ ਨੂੰ ਕਾਬੂ ਕੀਤਾ ਗਿਆ। ਸੋ ਪੁਲਿਸ ਅਧਿਕਾਰੀ ਨੇ ਕੀ ਕੁਛ ਕਿਹਾ, ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਇਹ ਜੀ 4 ਤੇ 5 ਤਰੀਕ ਦੀ ਰਾਤ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਸਦਰ ਵਿਖੇ 8 ਨੌਜਵਾਨ, ਜਿਨ੍ਹਾਂ ਵਿੱਚ ਮੇਨ ਸਵਰਾਜ ਸਿੰਘ, ਬਾਕੀ ਨੌਜਵਾਨ ਵੀ ਸਾਰੇ ਸ਼ਹੀਦਾਂ ਸਾਹਿਬ ਕੋਲ ਰਹਿਣ ਵਾਲੇ ਨੇ, ਇਹ ਸਾਰੇ ਨੌਜਵਾਨ ਗੋਲਡਨ ਗੇਟ ਤੋਂ ਬਾਈਪਾਸ ਰਾਹੀਂ ਜਦੋਂ ਵੇਰਕਾ ਜਿਹੜਾ ਪੁਲ ਆ ਉਸਨੂੰ ਕ੍ਰੋਸ ਕਰਕੇ ਅੱਗੇ ਪਹੁੰਚੇ ਤਾਂ ਇਹਨਾਂ 8 ਨੌਜਵਾਨਾਂ ਨੂੰ 2 ਅਲੱਗ ਅਲੱਗ ਵਹੀਕਲ, ਇੱਕ ਬੁਲਟ ਮੋਟਰਸਾਈਕਲ ਅਤੇ ਇੱਕ ਐਕਟਿਵਾ, ਬੁਲਟ 'ਤੇ 2 ਨੌਜਵਾਨ ਸਵਾਰ ਸਨ ਅਤੇ ਐਕਟਿਵਾ 'ਤੇ 3 ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਇਹਨਾਂ 5 ਨੌਜਵਾਨਾਂ ਨੇ ਆ ਕੇ ਇਹਨਾਂ ਕੋਲੋਂ ਲੁੱਟ ਕਰਨ ਦੀ ਨੀਅਤ ਨਾਲ, ਇਹਨਾਂ ਕੋਲੋਂ ਖੋਹ ਕਰਨ ਦੀ ਸੂਰਤ ਲਈ ਇਹਨਾਂ ਤੋਂ ਮੰਗ ਕੀਤੀ। ਜਦੋਂ ਇਹਨਾਂ ਨੇ ਉਹਨਾਂ ਦਾ ਅੱਗੋਂ ਮੁਕਾਬਲਾ ਕੀਤਾ ਤਾਂ ਉਹਨਾਂ ਵਿੱਚੋਂ 2 ਨੌਜਵਾਨ ਜਿਨ੍ਹਾਂ ਕੋਲ ਹਥਿਆਰ ਸਨ ਉਹਨਾਂ ਨੇ ਇਹਨਾਂ ਵੱਲ ਨੂੰ ਮਾਰ ਦੇਣ ਦੀ ਨੀਤ ਨਾਲ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਇੱਕ ਗੋਲੀ ਜੋ ਸਾਡਾ ਮਦਈ ਮੁਕੱਦਮਾ ਸਵਰਾਜ ਆ ਉਸਦੇ ਪੈਰ ਵਿੱਚ ਲੱਗੀ ਅਤੇ ਜੋ ਇਸਦਾ ਨਾਲ ਇੱਕ ਸਾਥੀ ਸੀ ਲਵਪ੍ਰੀਤ ਸਿੰਘ ਉਸਦੇ ਇੱਕ ਗੋਲੀ ਪੇਟ ਵਿੱਚ ਅਤੇ ਇੱਕ ਗੋਲੀ ਉਸਦੇ ਪੱਟ 'ਤੇ ਲੱਗੀ। ਜਿਸ ਤੋਂ ਬਾਅਦ ਜਦੋਂ ਇਹ ਪੁਲਿਸ ਕੋਲ ਇਹਨਾਂ ਨੇ ਅੱਗੇ ਇਤਲਾਹ ਲਿਖਾਈ ਤਾਂ ਸਾਡੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 379B2, 542-148-51 ਅਤੇ 25-27 ਆਰਮਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ। ਇਸ ਤੋਂ ਬਾਅਦ SHO ਸਦਰ ਅਤੇ ਇਹਨਾਂ ਦੀ ਟੀਮ ਵੱਲੋਂ ਬੜੀ ਹੀ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਅਤੇ ਬੜੀ ਤੇਜ਼ੀ ਨਾਲ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਜੋ ਲੁੱਟ ਖੋਹ ਕਰਨ ਆਏ ਸਨ ਸਾਰੇ ਦੋਸ਼ੀਆਂ ਨੂੰ ਟਰੇਸ ਕਰ ਲਿਆ ਵਾ। ਇਹਨਾਂ ਵਿੱਚੋਂ ਅਸੀਂ ਜੋ ਟੋਟਲ 5 ਦੋਸ਼ੀ ਸਨ, 5 'ਚੋਂ 2 ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ, ਰਵਿੰਦਰ ਸਿੰਘ ਉਰਫ ਪਵਨ ਜੋ ਕਿ ਨਾਨਕਪੁਰਾ ਰੋਡ ਸ਼ਾਹ ਕਲੋਨੀ ਰੋਡੇ ਸ਼ਾਹ ਕਲੋਨੀ ਇਸਲਾਮਾਬਾਦ ਦੇ ਰਹਿਣ ਵਾਲੇ ਹਨ, ਇਹਨਾਂ ਦੋਨਾਂ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ। ਮੌਕੇ ਤੋਂ ਸਾਨੂੰ 2 32 ਬੋਰ ਦੇ ਖੋਲ ਅਤੇ 1 332 ਬੋਰ ਦਾ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਵਾ। ਇਹਨਾਂ ਦੋਨਾਂ ਦੀ ਉਮਰ ਕਰੀਬ 25-30 ਸਾਲ ਦੇ ਵਿਚਾਲੇ ਆ ਅਤੇ ਜੋ ਬਾਕੀ ਦੋਸ਼ੀ ਆ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਇਹ ਜਾਣਦੇ ਹਨ ਜਿਸਦਾ ਨਾਮ ਕਰਨ ਉਰਫ ਟੀਡਾ ਹੈ ਜੋ ਕਿ ਗੇਟ ਕੀ ਮਦਰ ਰਹਿਣ ਵਾਲਾ ਵਾ, ਇਸ ਦੇ ਖਿਲਾਫ਼ ਪਹਿਲਾਂ ਵੀ ਖੋਹ ਦੇ 399-402 ਦੇ ਮੁਕੱਦਮੇ ਦਰਜ ਹਨ। ਸੋ ਜਿਹੜੇ ਬਾਕੀ 2 ਦੋਸ਼ੀ ਨੇ ਇਹਨਾਂ ਦਾ ਨਾਮ ਇਸ ਕਰਨ ਨੂੰ ਪਤਾ ਵਾ, ਸੋ ਜਦੋਂ ਕਰਨ ਨੂੰ ਅਰੈਸਟ ਕਰਾਂਗੇ ਉਸ ਤੋਂ ਬਾਅਦ ਬਾਕੀ ਦੋਸ਼ੀਆਂ ਦਾ ਵੀ ਨਾਮ। ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਆ ਵੀ ਇਹ ਕ੍ਰਿਮੀਨਲ ਕਿਸਮ ਦੇ ਬੰਦੇ ਨੇ ਸਾਰੇ, ਇਹਨਾਂ ਦੇ ਪਹਿਲੇ ਮੁਕੱਦਮੇ ਦਰਜ ਨੇ, ਸੋ ਸਾਨੂੰ ਲੱਗਦਾ ਨਹੀਂ ਕਿ ਇਹਨਾਂ ਕੋਲ ਕੋਈ ਲਾਇਸੈਂਸੀ ਵੈਪਨ ਹੋਊਗਾ। ਦੂਸਰਾ ਜੋ 315 ਬੋਰ ਦਾ ਇੱਕ ਖੋਲ ਵੀ ਬਰਾਮਦ ਹੋਇਆ ਵਾ, ਸੋ ਬਾਕੀ ਇਹਨਾਂ ਦੀ ਅਰੈਸਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਕਿ ਇਹਨਾਂ ਕੋਲ ਲਾਇਸੈਂਸੀ ਵੈਪਨ ਜਾਂ ਗੈਰ ਲਾਇਸੈਂਸੀ ਹਨ।